ਪ੍ਰਹਲਾਦ ਲੈਣਾ ਖਰਨਾਸ ਦਾ ਬੈਰ ਲੈਣ ਜਾਣਾ ਕਿਹਦਾ ਭਗਵਾਨ ਤੋਂ ਰਾਜ ਕੀ ਕਰ ਦਿੰਦਾ ਰਾਜ ਮੱਧ ਦਾ ਹੈਗਾ ਇਹੋ ਜਿਹਾ ਚੜ ਜਾਂਦਾ ਜਦੋਂ ਸਾਧ ਸੰਤ ਮਾਰੂ ਬਾਜੇ ਵੱਜਦੇ ਆ ਭਗਵਾਨ ਨੂੰ ਵੀ ਪਤਾ ਲੱਗ ਗਿਆ ਨਾਮ ਜਪਣ ਵਾਲਿਆਂ ਦੇ ਅੰਦਰ ਵੀ ਸਾਧ ਸੰਤ ਭਗਤ ਨਾਮ ਦੇਵ ਨੂੰ ਵੀ ਹੋ ਗਿਆ ਸਨਮਾਨ ਕਦੋਂ ਜਦੋਂ ਕੁੰਡਰਪੁਰ ਦੇ ਵਿੱਚ ਮੰਦਿਰ ਫੇਰਿਆ ਨਾ ਭਗਵਾਨ ਨੇ ਤੇ ਭਗਵਾਨ ਨੂੰ ਨਾਮ ਦੇ ਪੁੱਛਦਾ ਹੈ ਕਹਿੰਦਾ ਹੇ ਭਗਵਾਨ ਮੇਰੇ ਨਾਲ ਤਾਂ ਤੁਹਾਨੂੰ ਕੋਈ ਪਿਆਰਾ ਨਹੀਂ ਹੋਣਾ ਕਹਿੰਦੇ ਕੀ ਜਾਣਾ ਕਹਿੰਦੇ ਮੇਰੇ ਅੱਜ ਤੁਸੀਂ ਮੰਦਿਰ ਫੇਰ ਤਾ ਪਿੰਡਰ ਨਾਮੇ ਨਾ ਤੇਰੇ ਅੱਜ ਕੋਲ ਮੈਨੂੰ ਉਦੋਂ ਆਉਣਾ ਪੈਂਦਾ ਜੇ ਤੂੰ ਮੈਨੂੰ ਤਾਨੇ ਮਾਰਨ ਲੱਗ ਜਾਂਦਾ ਹੁਣ ਤੂੰ ਤਾਨੇ ਮਾਰਦਾ ਸੀ ਨਾ ਜਦੋਂ ਕਹਿੰਦਾ ਸੀ ਹੱਥ ਖੜਕ ਤੇਰੇ ਦੇਹੋੜੇ ਆਇਆ ਭਗਤ ਕਰਕ ਮੈਂ ਮਾਪਾ ਕਹਿੰਦੂ ਉਠਾਇਆ ਕਹਿੰਦਾ ਕਿਤੇ ਕਹਿੰਦਾ ਮੈਨੂੰ ਸੂਬੇ ਦੇ ਘਰੇ ਕੰਮ ਭੇਜਣਾ ਸੀ ਜੇ ਮੈਨੂੰ ਸੂਬੇ ਨੂੰ ਸਮਝਿਆ ਜਾਣਾ ਕਹਿੰਦਾ ਮਹਾਰਾਜ ਮੇਰੇ ਨਾਲ ਹੋਰ ਕਹਿੰਦੇ ਜਦੋਂ ਨਾਮੇ ਆ ਤੇਰੇ ਕੋਲੇ ਤਾਂ ਮੈਨੂੰ ਉਦੋਂ ਆਉਣਾ ਪੈਂਦਾ ਜਦੋਂ ਤੂੰ ਤਾਨੇ ਮਾਰਦਾ ਮੇਰੇ ਇਹੋ ਜਿਹੇ ਭਗਤ ਪਾਇਆ ਜਿਹਨਾਂ ਦਾ ਮੈਂ ਛੋਟਾ ਨਾਮ ਰੱਖਣਾ ਸਦਾ ਅੰਗ ਚੰਗੇ ਅਪੰਗ ਮੈਂ ਪੁੱਛਦੇ ਹੁਣ ਮੇਰੇ ਇਹੋ ਜਿਹੇ ਭਗਤ ਪਾਇਆ ਤੇਰੇ ਵੀ ਭਗਤ ਨਾਮ ਦੇ ਅਹੰਕਾਰ ਤੋੜਿਆ ਸੀ ਭਗਵਾਨ ਨੇ ਬੁਲਾ ਕੇ ਰੋਕਾ ਸੱਚ ਲੰਬੀ ਆ ਇਸੇ ਤਰ੍ਹਾਂ ਪ੍ਰਹਿਲਾਦ ਨੂੰ ਪ੍ਰਹਿਲਾਦ ਭਾਗ ਦਾ ਮਿੱਤਰ ਚੜਿਆ ਮਾਰੂ ਬਾਜੇ ਵੱਜਦੇ ਜਾਂਦੇ ਭਗਵਾਨ ਨੂੰ ਪਤਾ ਲੱਗ ਗਿਆ ਵੀ ਪ੍ਰਹਿਲਾਦ ਨੂੰ ਵੀ ਮਾਰ ਹੋ ਗਿਆ ਪ੍ਰਭੂ ਜੀ ਸਾਕਰ ਨੇ ਹਰਨਾਥ ਨੂੰ ਨਹਾਂ ਨਾਲ ਪਾਲਿਆ ਸੰਤ ਪ੍ਰਹਿਲਾਦ ਦੀ ਪੈਰ ਦਾ ਰਾਖੀ ਹਰਨਾਥ ਜਨਕ ਵਧਾਰੇ ਨਤਾਂ ਦੇ ਨਹਾਂ ਨੂੰ ਉਹ ਕਹਿੰਦੇ ਵੀ ਜੀ ਸਾਕਰ ਨੇ ਹਰਨਾਥ ਨੂੰ ਨਹਾਂ ਨਾਲ ਪਾਲਿਆ ਪ੍ਰਹਿਲਾਦ ਨੂੰ ਵੀ ਮਾਰ ਹੋ ਗਿਆ ਮਾਰੂ ਬਾਜੇ ਵੱਜਦੇ ਜਾਂਦੇ ਕਹਿੰਦੇ ਭਗਵਾਨ ਨੇ ਕੀ ਕੀਤਾ ਸਰੀਰ ਦੇ ਬ੍ਰਹਮ ਦਾ ਰੂਪ ਧਾਰਨ ਕਰਕੇ ਛੱਡੇ ਇਹ ਪਰਮੇਸ਼ਰ ਦੀ ਮਰਜ਼ੀ ਹੈ ਆਪੇ ਹੱਥ ਕਰਾਂਦੇ ਨਾ ਆਪੇ ਬੋਲਣਗੀ ਜੋ ਕਿ ਸੁਭਾਵਾ ਨਾਨਕਾ ਸਾਈ ਕਈ ਦੇਵੀ ਬਾਲ ਰਾਜੇ ਦੇ ਦੁਆਰੇ ਤੋਂ ਨੰਦ ਪਵਨ ਤੇ ਵੀ ਛੱਡ ਦਿੰਦਾ ਭਗਵਾਨ ਕਈ ਦੇਵੀ ਰਾਜੇ ਹਰੀ ਚੰਦ ਦੇ ਦੁਆਰੇ ਤੇ ਦੇਖਦਾ ਮਿੱਤਰ ਸਵਰਨ ਕੁੰਜਾ ਵੀ ਰੂਪ ਧਾਰਨ ਕਰ ਲੈਂਦਾ ਕਈ ਦੇ ਵਿੱਚ ਭਗਵਾਨ ਜੇ ਬਲ ਰਾਜੇ ਨੂੰ ਛੱਡਣਾ ਹੋਵੇ ਦਰਾਪ ਰੂਪ ਵੀ ਧਾਰਨ ਕਰ ਲੈਂਦਾ ਇਹ ਪਰਮੇਸ਼ਰ ਦੀ ਮਰਜ਼ੀ ਹੈ ਸਭ ਸੰਗਤ ਤੇ ਕਈ ਵੇਲੇ ਬਲਦੇ ਦੁਆਰੇ ਤੇ ਖੜ ਕੇ ਨਾ ਧਾਰਨ ਕਰਨ ਧਰਤੀ ਵੀ ਮੰਗਣ ਲੱਗ ਜਾਂਦਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਧਰਤਾ ਸਾਰੀ ਦੁਨੀਆਂ ਦਾ ਮਾਲਕ ਬਲਦੇ ਰਾਮ ਦੁਆਰੇ ਤੇ ਜਾ ਕੇ ਧਾਰਨ ਕਰਨ ਧਰਤੀ ਵੀ ਮੰਗੀ ਜਾਂਦਾ ਇਹ ਵੀ ਪਰਮੇਸ਼ਰ ਮੇਰੇ ਵੀ ਦਾਦੇ ਪੜਦਾਦੇ ਉਹ ਤੇਰੇ ਮਾਰੇ ਪੱਪਾ ਨੂੰ ਪਿੱਛੇ ਨੂੰ
ਸਿਰਫ ਅਸੀਂ ਆ ਕਈਆਂ ਨੂੰ ਮਾਇਆ ਸਮਝੀ ਜਾਂਦੇ ਸਿਰਫ ਜੇ ਹੈ ਮਾਇਆ ਇਹਦਾ ਨਾਂ ਲੈਂਦੇ ਆਪਾਂ ਪਰ ਮਾਇਆ ਦਾ ਤਾਂ ਸਾਰਾ ਹੀ ਉਹਦਾ ਪਸਾਰਾ ਹੀ ਮਾਇਆ ਦਾ ਤਕਰੀਬ ਵੀ ਇੱਕ ਮਾਇਆ ਉਹਦਾ ਕੱਪੜੇ ਪਾਇਆ ਤੇ ਮਾਇਆ ਹੈ ਜੋ ਵੀ ਸਾਹ ਸਿੰਘ ਅਕਾਰਾ ਮਾਇਆ ਹੀ ਆ ਇਸ ਕਰਕੇ ਸਾਹ ਸਿੰਘ ਕਬੀਰ ਮਾਇਆ ਦੋਨੇ ਦੀ ਪਵਨ ਚ ਘੋਲਣ ਕਹਿੰਦੇ ਇਹੋ ਜਿਹੀ ਮਾਇਆ ਨੂੰ ਬੰਦੇ ਨੂੰ ਬਿਲਕੁਲ ਲਾ ਦਿੰਦੀ ਹੈ ਇਹਦੇ ਅੰਦਰ ਹਲਕੁਲ ਪੈਦਾ ਕਰ ਦਿੰਦੀ ਹੈ ਇਸ ਕਰਕੇ ਸਾਹ ਸਿੰਘ ਵਿਆਸ ਰਿਸ਼ੀ ਦਾ ਪੁੱਤਰ ਜਦੋਂ ਉਹ ਪ੍ਰਕਾਸ਼ ਵਾਲੀ ਮੇਰੇ ਵਿੱਚ ਜਨਮ ਕਿਉਂ ਨਹੀਂ ਲੈਂਦਾ ਕਹਿੰਦਾ ਜੀ ਮੈਂ ਜਨਮ ਤਾਂ ਨਹੀਂ ਲੈਂਦਾ ਤੇ ਤੁਹਾਡੀ ਜਿਹੜੀ ਮਾਇਆ ਨਾ ਮੇਰੇ ਤੇ ਨਾ ਪੈਂਦੀ ਕਹਿੰਦੇ ਜੇ ਮਾਇਆ ਤੇਰੇ ਤੇ ਪੈਦੀ ਕੀ ਹੋ ਗਈ ਕਹਿੰਦੇ ਜੇ ਪਰਮੇਸ਼ਰ ਮੈਂ ਤੁਹਾਨੂੰ ਭੇਜ ਦੂੰਗਾ ਇੱਥੇ ਮੈਂ ਤੁਹਾਨੂੰ ਸਵਾਸ ਤੋਂ ਆਪਣਾ ਚੇਤੇ ਕਰਦਾ ਕਿ ਭਗਵਾਨ ਕਹਿੰਦੇ ਨਹੀਂ ਆਓ ਘਰ ਤੂੰ ਜਨਮ ਲੈਣਾ ਤੇ ਉਸ ਸਮੇਂ ਨਾ ਮਾਇਆ ਨੂੰ ਸਪੋਰਟ ਲੈਣਾ ਇਹਨਾਂ ਨੂੰ ਕਿਹੜਾ ਕਿਹੜਾ ਜਿਹਨੂੰ ਗੁਰੂ ਜੀ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਅੰਮ੍ਰਿਤ ਵੇਲੇ ਜਦੋਂ ਭਗਵਾਨ ਨੇ ਥੋੜਾ ਸਮਾਂ ਮਾਇਆ ਸੰਪਤੀ ਦਾ ਜਿਸ ਵੇਲੇ ਸੁਖਦੇਵ ਦਾ ਜਨਮ ਹੋਇਆ ਇੰਨੇ ਟਾਈਮ ਦੇ ਵਿੱਚ 84 ਬੰਦਿਆਂ ਦੇ ਜਨਮ ਹੋਏ 84 ਸਿੱਧ ਬਣ ਗਏ ਅਜੇ 84 ਸਿੱਧ ਕਹਿੰਦੇ ਨੇ ਨੌ ਮਾਸ ਆਪਾਂ ਕਹਿੰਦੇ ਉਹਨੇ ਸਮੇਂ ਦੇ ਵਿੱਚ ਜਿਸ ਵੇਲੇ ਪਰਮੇਸ਼ਰ ਨੇ ਮਾਇਆ ਸੰਪਤੀ ਤੇ 84 ਬੰਦਿਆਂ ਦੇ ਜਨਮ ਹੋਏ ਤੇ 84 ਸਿੱਧ ਬਣ ਗਏ ਕਿਉਂ ਜਿਹੜੇ ਕਹਿੰਦੇ ਵੀ ਅਸੀਂ ਤਾਂ ਮਾਇਆ ਤੋਂ ਰਹਿ ਤਾਂ ਪਰ ਫਿਰ ਕੀ ਹੋਇਆ ਭੰਗ ਗ੍ਰਾਹਕ ਕਹਿੰਦੇ ਆ ਕਹਿੰਦੇ ਜਨਮ ਦਾ ਅਨੁਸਾਰ ਨਾ ਸੁਖਦੇਵ ਨਾਮ ਜਪਣ ਵਾਸਤੇ ਤੁਰ ਚੱਲੇ ਜਮਦੇ ਹੀ ਸੁਖ ਨਹੀਂ ਕਦਾਫੀ ਬਾਰਾਂ ਸਾਲ ਗਰਭ ਮੈਂ ਤੁਰਿਆ ਭਾਈ ਸਾਹਿਬ ਕਹਿੰਦੇ ਉਹ 12 ਸਾਲ ਗਰਭ ਤੁਰਿਆ ਤੇ 12 ਸਾਲਾਂ ਪਿੱਛੇ ਫਿਰ ਵੀ ਨਾਮ ਜਪਣ ਵਾਸਤੇ ਤੁਰ ਪਿਆ ਉਹ ਵਿਆਸ ਰਿਸ਼ੀ ਕੋਲ ਬੁਲਾਓ ਸੁਖਦੇਵ ਕਿੱਥੇ ਚੱਲਿਆ ਕਹਿੰਦਾ ਪਿਤਾ ਜੀ ਗੱਲ ਨਾ ਕਰਦੇ ਕਹਿੰਦਾ ਕਿਉਂ ਕਹਿੰਦਾ ਮੈਨੂੰ ਪਿਛਲੇ ਜਨਮਾਂ ਦੀ ਫਿਰ ਵੀ ਹੈ ਮੈਨੂੰ ਕੁਝ ਹੁਣ ਆਪਾਂ ਕਿਉਂ ਨਹੀਂ ਨਾਮ ਜਪਦੇ ਆਪਾਂ ਇਸੇ ਕਰਕੇ ਨਹੀਂ ਨਾਮ ਜਪਦੇ ਜਿੰਨਾ ਮਰਜ਼ੀ ਮਰਜ਼ੀ ਆਪਾਂ ਕਿਉਂ ਆਪਾਂ ਜਪਦੇ ਸਾਨੂੰ ਪਿਛਲੇ ਜਨਮਾਂ ਦੀ ਸਿੱਧੀ ਨਹੀਂ ਮੇਰੇ ਪਤਾ ਨਹੀਂ ਅਸੀਂ ਕੁੱਤੇ ਬਣੇ ਹੋਵਾਂਗੇ ਸੂਰ ਬਣੇ ਹੋਵਾਂਗੇ ਪਤਾ ਨਹੀਂ ਕੀ ਬਣੇ ਹੋਵਾਂਗੇ ਜੇ ਸਾਨੂੰ ਪਿਛਲੇ ਜਨਮਾਂ ਦੀ ਸੋਚੀ ਹੋਵੇ ਨਾ ਫਿਰ ਸਾਹ ਸੰਗਤ ਤੇਰਾ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪਿਤਾ ਸੀ ਸੰਤ ਸ਼ਾਮ ਸਿੰਘ ਜੀ ਉਹ ਸਰੀਰ ਛੱਡ ਗਏ ਜਦੋਂ ਸਰੀਰ ਛੱਡ ਕੇ ਨਾ ਲੋਕ ਸੰਤ ਤੁਹਾਨੂੰ ਕੁੱਤੇ ਤੇ ਲੈ ਗਏ ਸਿੱਖਾਂ ਨੂੰ ਜਦੋਂ ਸਿੱਖਾਂ ਨੂੰ ਲੈ ਗਏ ਤੇ ਉਧਰ ਸੰਤਾਂ ਨੂੰ ਜਦੋਂ ਲੈ ਕੇ ਗਏ ਨਾ ਕਹਿੰਦੇ ਵੀ ਇਹਨਾਂ ਨੂੰ ਵਾਪਸ ਛੱਡ ਕੇ ਆਓ ਸੰਤ ਕਹਿੰਦੇ ਮੈਂ ਕਦੇ ਨਾ ਸਤਾ ਦਿਖਾਓ ਕਹਿੰਦੇ ਉਦੋਂ ਤੇ ਤੁਹਾਡੀ ਸਰੀਰ ਦਾ ਸਤਿਕਾਰ ਕਰ ਦੇਣਗੇ ਕਹਿੰਦੇ ਮੈਂ ਕਦੇ ਨਾ ਕਹਿੰਦੇ ਜਦੋਂ ਤੁਹਾਨੂੰ ਨਾਕਾਂ ਕੋਲ ਵੀ ਲਿਖਾਇਆ ਨਾ ਤੇ ਕਹਿੰਦੇ ਅਸੀਂ ਫਿਰ ਉੱਥੇ ਇਹੋ ਜਿਹੀ ਭੈੜੀ ਹਾਲਤ ਦੇਖੀ ਤੇ ਮੁੜ ਕੇ ਜਦੋਂ ਸੰਤ ਜਿਉਂਦੇ ਹੋ ਗਏ ਨਾ ਉਹਨਾਂ ਨੇ ਇੰਨੇ ਨੇ ਗੋਡਿਆਂ ਨੂੰ ਸੇਕ ਲੱਗ ਦਿੱਤਾ ਤੇ ਜਾ ਕੇ ਕਹਿੰਦੇ ਮੈਂ ਮੇਰਾ ਸੁਭਾਅ ਮੈਂ ਕਿਤਾਬਾਂ ਪੜ੍ਹ ਕੇ ਨਹੀਂ ਦੱਸਦਾ ਹੁੰਦਾ ਵੀ ਆਹ ਕਿਤਾਬ ਮੈਂ ਕਿਤਾਬਾਂ ਤੇ ਵਿਸ਼ਵਾਸ ਵੀ ਘੱਟ ਕਰਦਾ ਫਿਰ ਕੰਨੀ ਜਾਓ ਨਾ ਆਖਦੇ ਉਸ ਵੇਲੇ ਦੇ ਸਿੰਘ ਹੈ ਉਸ ਵੇਲੇ ਜਿਹਨਾਂ ਸੰਤਾਂ ਨੂੰ ਤੇ ਪਰ ਮਤਲਬ ਮੇਰਾ ਕੀ ਸੀ ਸੰਤਾਂ ਨੇ ਜਦੋਂ ਮੁੜ ਕੇ ਜਿਉਂਦੇ ਹੋ ਗਏ ਨਾ ਤੇ ਮੁੜ ਕੇ ਇੱਕ ਸਵਾਸ ਵੀ ਦਰਖਾ ਨਹੀਂ ਸੀ ਜਾਣ ਦਿੰਦੇ ਕਿਉਂ ਮਾਂ ਪੇ ਜੀ ਨਾ ਦੇ ਸਕਦੇ ਹੁਣ ਆਪਾਂ ਕਿਉਂ ਨਹੀਂ ਨਾਮ ਜਪਦੇ ਆਪਾਂ ਤੇ ਨੂੰ ਇੰਨੇ ਚ ਗ੍ਰੰਥਾਂ ਕਰੇ ਜਾਂਦੇ ਇੰਨੇ ਸਾਧ ਬੋਲੀ ਜਾਂਦੇ ਆ ਕੀ ਲੋੜ ਹੈ ਨਾਮ ਜਪਣ ਦੀ ਆ ਜਦ ਮਿੱਠਾ ਅੱਗੇ ਕਿਹੜਾ ਕਿਹੜਾ ਕਿਸੇ ਨੇ ਅੱਗੇ ਦੇਖੇ ਇੱਥੇ ਇੱਥੇ ਉੱਥੇ ਆਪਾਂ ਕਰ ਲਓ ਆਪਣੇ ਮਨ ਨੇ ਫੈਸਲਾ ਕੀਤਾ ਪਿਆ ਵੀ ਇੱਥੇ ਇੱਥੇ ਉੱਥੇ ਆਪਾਂ ਕਰ ਲਓ ਕਿਹੜਾ ਕਿਸੇ ਨੇ ਦੇਖਿਆ ਪਰ ਗੁਰੂ ਜੀ ਕਹਿੰਦੇ ਆ ਉਹ ਨਿਗਾਹ ਮਾਰ ਕੇ ਦੇਖ ਲੈ ਕੀ ਹਾਂ ਖਾਸ ਚੱਲੋ ਹੁਣ ਲਾੜਾ ਆਜਾ ਬਸਮ ਜੇ ਦਰਗਾਹ ਦੇ ਵਿੱਚ ਖੁਰਖਰੂ ਹੋ ਕੇ ਜਾਣਾ ਨਾ ਇੱਥੋਂ ਕੁਛ ਖੱਟ ਲੈ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਜਾਣਾ ਇਸੇ ਤਰ੍ਹਾਂ ਸਾਧ ਸੰਗਤ ਸੁਖਦੇਵ ਕਹਿੰਦਾ ਪਿਤਾ ਜੀ ਮੈਨੂੰ ਪਿਛਲੇ ਜਨਮਾਂ ਦੀ ਸੋਝੀ ਹੈ ਕਹਿੰਦਾ ਵੀ ਕਿਉਂ ਕਹਿੰਦਾ ਮੈਨੂੰ ਆਹਦਾ ਖੋਤਾ ਮੈਂ ਬਣਿਆ ਹੁਣ ਆਪਦੇ ਪਿਛਲੇ ਜਨਮ ਦੱਸਣ ਲੱਗ ਗਿਆ ਜਦੋਂ ਪਿਛਲੇ ਦਾ ਜਨਮ ਦੱਸਦਾ ਤੇ ਸਾਧ ਸੰਗਤ ਪਿਤਾ ਨੂੰ ਬਾਜਾ ਮਾਰਦੇ ਨੂੰ ਛੱਡ ਕੇ ਨਾਮ ਜਪਣ ਨੂੰ ਤੁਰਦੇ ਕਿਉਂ ਪਿਛਲੇ ਜਨਮਾਂ ਦੇ ਵਿੱਚ ਨਾ ਮੈਂ ਮਿੱਠੀਆਂ ਦੂਣਾ ਭੋਗੀਆਂ ਇਸੇ ਤਰ੍ਹਾਂ ਪ੍ਰਾਪਤ ਸਮੇਂ ਦੀਆਂ ਸੰਗਤਾਂ ਕੀ ਸੋਚਿਆ ਕਰਦੀਆਂ ਤੇ ਗੁਰੂ ਨੂੰ ਦਾ ਸਮਾਂ ਸੌਂਪ ਦਿੱਤੇ ਕਿਉਂ ਆਪਾਂ ਕੌਣ ਤਰ੍ਹਾਂ ਕਰਕੇ ਆਏ ਜੇ ਦਸਵਾਂ ਸੌਂਪ ਨਾ
ਕਰਾਰ ਕਰਕੇ ਆਏ ਹਾਂ। ਗੁਰੂ ਹਰਿ
ਦੇ ਬਾਦਸ਼ਾਹ ਦੇ ਸਮੇਂ ਦੇ ਵਿੱਚ ਕਸ਼ਮੀਰ ਦੀਆਂ ਸੰਗਤਾਂ ਨੇ ਕੀ ਕੀਤਾ ਤੇ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਲਿਖ ਤੇ ਆਪਾਂ ਗੁਰੂ ਨੂੰ ਦਸਵਾਂ ਦਸੌਂ ਦਿੱਤੇ ਆ ਕੇ ਤੇ ਹੁਣ ਸੰਗਤਾਂ ਨੇ ਦਸਵਾਂ ਦਸੌਂ ਇਕੱਠਾ ਕਰਨਾ ਸ਼ੁਰੂ ਕਰਤਾ ਜਦੋਂ ਸੰਗਤਾਂ ਦਸਵਾਂ ਦਸੌਂ ਇਕੱਠਾ ਕਰਨ ਲੱਗੀਆਂ ਨਾ ਤੇ 2.5 ਲੱਖ ਰੁਪਈਆ ਇਕੱਠਾ ਹੋ ਗਿਆ ਕਸ਼ਮੀਰ ਚ ਸੰਗ ਤੱਕ ਉਸ ਵੇਲੇ ਜਦੋਂ 2.5 ਲੱਖ ਇਕੱਠਾ ਹੋਇਆ ਨਾ ਤੇ ਫਿਰ ਕੀ ਸੋਚਦੇ ਆ ਆਪਾਂ ਇਹਨਾਂ ਕਰੀਏ ਗੁਰੂ ਦੇ ਵਾਸਤੇ ਨਾ ਕੋਈ ਇਹੋ ਜਿਹੀਆਂ ਚੀਜ਼ਾਂ ਲੈ ਕੇ ਜਾਈਏ ਜੇ ਉਹਨਾਂ ਜਿਹੜੀ ਸੇਵਾ ਤੇ ਗੁਰੂ ਖੁਸ਼ ਹੋ ਗਏ ਜਦੋਂ ਗੁਰੂ ਖੁਸ਼ ਹੋ ਗਏ ਨਾ ਤੇ ਫਿਰ ਜਦੋਂ ਆਪਣੇ ਤੇ ਨਿਗਾਹ ਮਾਰੂ ਕਿ ਨਾਨਕ ਨਗਰੀ ਨਗਰ ਨਿਹਾਲ ਤੇ ਆਪਾਂ ਨੂੰ ਨਿਹਾਲ ਕਰ ਦੂਗਾ ਕਿਉਂ ਸਾਬਕਾ ਸੰਗ ਨਹੀਂ ਕੁਛ ਘਾਲ ਦਰਸ਼ਨ ਤੇ ਇੱਕ ਤੋਤ ਨਿਹਾਲ ਨਿਗਾਹ ਕਰਦਾ ਨਾ ਗੋਪੀ ਚੰਦ 14 ਸਾਲ ਦਾ ਸੀ ਜਦੋਂ ਉਹਦੇ ਮਾਤਾ ਨੇ ਉਹਨੂੰ ਉਪਦੇਸ਼ ਦਿੱਤਾ ਗੋਪੀ ਚੰਦ 14 ਸਾਲ ਦਾ ਸੀ ਉਹਦਾ ਪਿਤਾ ਚੜ੍ਹਾਈ ਕਰ ਗਿਆ ਤੇ ਇੱਕ ਦਿਨ ਮਾਤਾ ਉਹਨੂੰ ਇਸ਼ਨਾਨ ਕਰਾਉਣ ਦੇ ਅੱਖਾਂ ਤੋਂ ਅੱਥਰੂ ਡਿੱਗ ਪਏ ਕਿਉਂ ਗੋਪੀ ਚੰਦ ਦਾ ਸਰੀਰ ਬੜਾ ਸੁਨੱਖਾ ਸੀ ਰਾਜਾ ਨਾਲ ਭਾਗ ਦਾ ਮਾਲਕ ਬਣ ਗਿਆ ਕਹਿੰਦਾ ਮਾਤਾ ਕੀ ਗੱਲ ਹੈ ਕਹਿੰਦੀ ਦੇਖੋ ਤਦ ਮੇਰਾ ਪਿਤਾ ਮੈਨੂੰ ਚੇਤੇ ਆ ਗਿਆ ਕਹਿੰਦਾ ਮਾਤਾ ਕੀ ਗੱਲ ਕਹਿੰਦੀ ਉਹਦਾ ਵੀ ਸਰੀਰ ਇਹੋ ਜਿਹਾ ਸੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਸਰੀਰ ਨਾਸ ਬਣ ਤਾਂ ਤੇਰਾ ਵੀ ਪੁੱਤ ਸਰੀਰ ਨਹੀਂ ਰਹਿਣਾ ਜੇ ਕਹਿੰਦਾ ਸਰੀਰ ਨਹੀਂ ਰਹਿਣਾ ਅਜੇ ਸ਼ਾਦੀ ਹੋਈ ਸੀ ਨਵੀਂ ਨਵੀਂ ਤੇ ਮਾਤਾ ਨੇ ਤਾਂ ਕਹੀ ਕਿ ਪੁੱਤ ਨੂੰ ਬਰਾਬਰ ਰੱਖ ਤੈਨੂੰ ਕਹਿੰਦੇ ਤੁਹਾਨੂੰ ਜ਼ਮੀਨ ਦੀ ਮਾਂ ਉਠਾਏ ਨਾਮ ਦਾ ਜਪਣ ਦਾ ਪਰ ਇਹ ਜਰਨੀ ਮਾਂ
ਨਹੀਂ ਕਰਨਗੇ। ਹੁਣ ਤੋਂ ਬਾਅਦ ਕਦੀ ਪੁੱਤ ਟੀਵੀ ਦੇਖਣਾ, ਪੁੱਤ ਨਾਮ ਦੇ ਪੰਡਿਤ ਤੋਂ ਗੱਲ ਕੀ ਕਰਨੀ ਹੈ। ਮਤ ਵੀ ਕੀ ਹੈ ਸਾਡੇ ਅੰਦਰ ਨਾਮ ਦਾ ਕਿਰਕੇ ਹੀ ਬੱਚੇ ਬੱਕਰਿਆ ਨਾ ਸਾਨੂੰ ਪਤਾ ਵੀ ਮਨੁੱਖਾ ਜਨਮ ਮਿਲਿਆ ਨਾ ਵੀ ਸਕਦਾ ਸਰ ਪਤਲੀਆਂ ਸੋਚੀ ਲੈਂਦੇ ਹਾਂ ਜਨਮ ਹੈ ਕੋਈ ਬਦਲੇ ਚਾਹੇ ਨਾ ਜਾਣਾ ਰਾਮ ਕਵੀ ਦੇ ਫਿਰ ਪਾਚੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਪਤਾ ਨਾ ਕਿ ਅਸੀਂ ਦੁਨੀਆਂ ਦੇ ਉੱਤੇ ਆਲੇ ਕਾਹਲੇ ਵਾਸਤੇ ਹੈ ਉਹਨਾਂ ਸੰਗਤਾਂ ਨੇ 2.5 ਲੱਖ ਇਕੱਠਾ ਕੀਤਾ 2.5 ਲੱਖ ਰੁਪਈਏ ਵੀ ਇਕੱਠਾ ਕੀਤਾ ਨਾ ਤੇ ਸਤਿਗੁਰਾਂ ਦੇ ਵਾਸਤੇ ਕਿਹੜੀਆਂ ਕਿਹੜੀਆਂ ਵਸਤੂਆਂ ਖਰੀਦ ਰਹੇ ਨੇ ਲੋਕ ਆਹ ਵੀ ਲੈ ਲਈਏ ਗੁਰੂ ਨੂੰ ਭੇਟਾ ਕਰਦੇ ਨੇ ਆਹ ਵੀ ਖਰੀਦ ਲਈਏ ਵੈਸੇ ਨਾ ਸੰਗਤਾਂ ਫਿਰ ਅੰਤ ਤਬਾਰ ਰੱਖਿਆ ਹੁਣ ਕਸ਼ਮੀਰ ਚ ਚਾਲੇ ਮਾਰ ਜਦੋਂ ਕਸ਼ਮੀਰ ਚ ਚਾਲੇ ਮਾਰੇ ਨਾ ਤੇ ਸੰਗਤਾਂ ਪੜ੍ਹਦੀਆਂ ਆਉਂਦੀਆਂ ਐ ਸੱਤੇ ਪਾਤਸ਼ਾਹ ਆ ਜਿਹੜੇ ਮੂੰਹ ਦੇ ਨਾਲ ਅਸੀਂ ਗੁਣ ਗਾਉਣੇ ਆ ਨਾ ਸਾਡਾ ਮੂੰਹ ਪਵਿੱਤਰ ਹੁੰਦਾ ਜਾਂਦਾ ਜਿਹੜੀਆਂ ਕਦਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੇ ਵੱਲ ਨੂੰ ਚੱਕਦੇ ਆ ਨਾ ਤੇ ਕਦਮਾਂ ਚੱਕਣ ਦੇ ਨਾਲ ਨਾ ਤੇ ਸਾਡੇ ਜਿਹੜੇ ਪੈਰ ਆ ਪਵਿੱਤਰ ਹੁੰਦੇ ਜਾਂਦੇ ਆ ਜਦੋਂ ਕਦਮ ਚੱਕਦੇ ਨੇ ਤੁਹਾਡੇ ਵੱਲ ਨੂੰ ਤੇ ਆ ਜਿਹੜੇ ਸਾਡੇ ਪੈਰ ਆ ਤੇ ਪਵਿੱਤਰ ਹੁੰਦੇ ਜਾਂਦੇ ਸੰਗਤਾਂ ਤੋਂ ਚਾਹ ਨਹੀਂ ਚੱਕਿਆ ਜਾਂਦਾ ਕਿਉਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲੇ ਆ ਨਾ ਕਸ਼ਮੀਰ ਚੋਂ ਮਾਰੇ ਨਾ ਚਾਲੇ ਤੇ ਰਾਹ ਦੇ ਵਿੱਚ ਵਰਖਾ ਆਪਣੀ ਸ਼ੁਰੂ ਹੋ ਗਈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਤੁਸੀਂ ਬਚਾਇਆ ਪਰ ਜਦੋਂ ਮੀਂਹ ਵੀ ਪੈਂਦਾ ਨਾ ਤੇ ਸੰਗਤਾਂ ਫਿਰ ਕਲੀ ਦੇ ਸ਼ਬਦ ਨੂੰ ਚੇਤੇ ਕਰਕੇ ਨੇ ਚਾਹ ਬਣ ਕਿਉਂ ਉਹ
ਆਪਣੀਆਂ ਧੜੀਆਂ ਕਦੋਂ ਪਹੁੰਚਦੀਆਂ? ਜਦੋਂ ਅਸੀਂ ਆਜੇ ਰੱਖੇ ਰਹਿਣਾ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਰੱਖਾਂਗੇ ਤੇ ਸਾਡਾ ਪਵਿੱਤਰ ਹੋ ਜਾਣਾ। ਤੁਸੀਂ ਮੇਰੇ ਘਰੇ ਆਏ ਹੋਵੋ ਤੇ ਸੱਚੇ ਪਾਤਸ਼ਾਹ ਪਰ ਇੱਡੀ ਵੱਡੀ ਤਾਂ
ਕੋਈ ਖੁਸ਼ੀ ਹੈ ਜੀ। ਜਦੋਂ ਕਹਿੰਦਾ ਵੀ ਇੱਕ ਵੱਡੀ ਸਾਰੀ ਖੁਸ਼ੀ ਹੋਈ ਹਾਂਜੀ ਤੇ ਮਹਾਰਾਜ ਕਹਿੰਦੇ ਉਹ ਕਰੀ ਹੁਣ ਸਾਰੀ ਜ਼ਿੰਦਗੀ ਨਾ ਤੇਰੇ ਤੇ ਨਿਰਾਸ਼ ਕਰੋ ਸਾਰੀ ਜ਼ਿੰਦਗੀ ਉਹਦਾ ਨਾਲ ਬਾਲ ਨਹੀਂ ਰੱਖਣਾ ਇਸੇ ਕਰਕੇ ਪਿਆ ਖੁਸ਼ ਰਹਿੰਦਾ ਸੀ ਇੱਥੋਂ ਕਰਕੇ ਮਹਾਰਾਜ ਕਹਿੰਦੇ ਪਾਤਸ਼ਾਹ ਦੇ ਬਚਨ ਕਰਕੇ ਕੋਈ ਸਾਰੀ ਜ਼ਿੰਦਗੀ ਨਹੀਂ ਤੇਰੇ ਤੇ ਨਿਰਾਸ਼ ਕਰੂੰਗੀ ਤੇ ਸਾਰੀ ਜ਼ਿੰਦਗੀ ਨਾ ਉਹ ਕਿਤੇ ਨਿਰਾਸ਼ ਹੁੰਦਾ ਨਹੀਂ ਦੇਖਿਆ ਜਦੋਂ ਦੇਖਣਾ ਹੱਸਦੇ ਨਹੀਂ ਰਹਿਣਾ ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਇਸੇ ਤਰ੍ਹਾਂ ਹੁਣ ਸੰਗਤਾਂ ਨੂੰ ਪੁੱਛਿਆ ਹੁਣ ਪੱਤੀ ਦੇ ਮਿਲ ਕੇ ਪੁੱਛ ਲਿਆ ਉਹ ਤੁਸੀਂ ਜਾਣਾ ਸੰਗ ਤੋਂ ਪਿਆਰ ਦੇ ਨਾਲ ਦੱਸਣ ਲੱਗਿਆ ਕਿ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਅਸੀਂ ਸ੍ਰੀ ਅੰਮ੍ਰਿਤਸਰ ਤੋਂ ਪਹੁੰਚਣਾ ਕਹਿੰਦੇ ਫਿਰ ਇਉਂ ਕਰੋ ਅਗਰ ਤੁਸੀਂ ਕੀਮਤੀ ਸਾਡੇ ਲਈ ਕਰਦੇ ਆ ਤੇ ਸਾਨੂੰ ਦੇ ਦੇ ਲਓ Thank you.
ਕਰਾਂਗੇ ਆਓ ਰਚਨਾ ਕਰੇ ਪ੍ਰਣਾਮ ਕਰੀ ਮਹੱਲਾ ਤੀਜਾ ਮੰਦ ਇੱਕ ਉਹ ਅਹੰਕਾਰ ਸਤਿਗੁਰ ਪ੍ਰਚਾਰ